बटाला के पॉश एरिया मॉडर्न एस्टेट में बीती रात चोरी की वारदात हुई। कोठी मालिक सत्येंद्र पाल सिंह ने बताया कि वह अपने पूरे परिवार के साथ बीती शाम ही अपने गांव अपने दूसरे घर चला गया था और जब वह सुबह वापस आया तो घर में दाखिल हो देखा कि घर के अंदर सभी अलमारियों के ताले टूटे हुए थे और सामान बिखरा पड़ा था और घर में चोरी हो चुकी थी। और जब जांच की तो यह सामने आया कि 15 तोले सोने के जेवरात डायमंड की रिंग समेत करीब 60,000 रुपये नकदी लेकर चोर फरार हो गए। वहीं सत्येंद्र पाल सिंह ने बताया कि चोरों की तरफ से बाथरूम में लगी टूटियां भी उखाड़ ली गई है और करीब 10 लाख का उनका नुकसान हुआ है। वहीं इस मामले में पुलिस जिला बटाला के पुलिस थाना सिविल लाइन की पुलिस पार्टी की तरफ से सूचना मिलने पर तफ्तीश शुरू कर दी है। ਆਪਾਂ ਗਾਲੜੀਆਂ ਪਿੰਡ ਦੇ ਰਹਿਣ ਵਾਲੇ ਹਾਂ, ਉੱਥੇ ਸਾਡਾ ਭੱਠਾ ਆ ਅਤੇ ਇੱਥੇ ਰਿਹਾਇਸ਼ ਵੱਖਰੀ ਰੱਖੀ ਹੋਈ ਆ ਅਤੇ ਅਸੀਂ ਕੱਲ੍ਹ ਆਪਣੇ ਭੱਠੇ 'ਤੇ ਉੱਥੇ ਰਿਹਾਇਸ਼ ਆ, ਉੱਥੇ ਅਸੀਂ ਕੱਲ੍ਹ ਸ਼ਾਮ ਨੂੰ ਅਸੀਂ 5 ਵਜੇ ਨਾਲ ਗਏ ਹਾਂ ਅਤੇ ਉਸ ਤੋਂ ਬਾਅਦ ਆਪਾਂ ਸਵੇਰੇ 9 ਵਜੇ ਇੱਥੇ ਆਏ ਹਾਂ। ਆਣ ਕੇ ਵੇਖਿਆ ਅਤੇ ਲਾਗ ਟੁੱਟੇ ਹੋਏ ਆ ਅਤੇ ਸਾਰਾ ਸਮਾਨ ਖਿਲਰਿਆ ਹੋਇਆ। ਪੈਂਦਾ ਵੇਖਿਆ ਵਾ ਅਤੇ LCD ਨਹੀਂ ਆ, ਲੈਪਟੋਪ ਨਹੀਂ ਆ ਅਤੇ ਉਸ ਤੋਂ ਬਾਅਦ ਜੇ ਅਲਮਾਰੀਆਂ ਦੇ ਲਾਕਰ ਵੇਖਿਆ ਤਾਂ ਉੱਥੇ ਸੋਨਾ ਸੀ, 15 ਤੋਲੇ ਸੋਨਾ ਸੀ, ਉਹ ਵੀ ਗਾਇਬ ਆ। 60,000 ਰੁਪਇਆ ਕੈਸ਼ ਸੀ, ਹੋਰ ਨਿੱਕਾ ਮੋਟਾ ਸਮਾਨ ਸੀ ਜਿਹਦਾ ਸਾਨੂੰ ਮਤਲਬ ਅਜੇ ਜਾਣਕਾਰੀ ਨਹੀਂ ਆ ਅਤੇ ਉਹ ਸਾਰਾ ਸਮਾਨ ਜਿਹੜਾ ਵਾ ਉਹ ਚੋਰੀ ਹੋ ਗਿਆ। ਇੱਥੋਂ ਤੱਕ ਕਿ ਕੀਮਤੀ ਟੁੱਟੀਆਂ ਵੀ ਨਹੀਂ ਛੱਡੀਆਂ ਹੈਗੀਆਂ, ਕੀਮਤੀ ਟੁੱਟੀਆਂ ਵੀ ਤੋੜ ਕੇ ਲਾਹ ਕੇ ਲੈ ਗਏ ਆ। ਹੋਰ ਪਤਾ ਨਹੀਂ ਕੀ ਸਮਾਨ ਹੈਗਾ ਵਾ ਜਿਹੜਾ ਮੇਰੀ ਗਿਣਤੀ ਤੋਂ ਬਾਹਰ ਆ। ਅਤੇ ਹਾਂਜੀ, ਉਸ ਤੋਂ ਬਾਅਦ ਅਸੀਂ ਫਿਰ ਮਤਲਬ ਲਾਗੋਂ ਗੁਆਂਢੀਆਂ ਨੂੰ ਲੈ ਕੇ ਦੱਸਿਆ ਵਾ ਅਤੇ ਫਿਰ ਆਪਾਂ ਪੁਲਿਸ ਨੂੰ ਰਿਪੋਰਟ ਕੀਤੀ ਆ ਅਤੇ ਉਹ ਵੈਰੀਫਿਕੇਸ਼ਨ ਕਰ ਰਹੇ ਆ। ਹਾਂਜੀ, ਲਗਭਗ ਤਾਂ ਮੇਰੇ ਹਿਸਾਬ ਨਾਲ 8-10 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਸਾਨੂੰ ਉਹਨਾਂ ਦੱਸਿਆ ਵੀ ਅਸੀਂ ਪਿੰਡ ਆਪਣੇ ਗਏ ਹੋਏ ਸੀਗੇ, ਕੋਠੀ 'ਚ ਤਾਲੇ ਬੰਦ ਸੀਗੇ, ਆਧਾਰ ਕੋਠੀ 'ਚ ਕੋਈ ਨਹੀਂ ਸੀ ਅਤੇ ਆਂਢੀ ਗੁਆਂਢੀ ਵੀ ਨਹੀਂ ਕਿਤੇ ਗਏ ਸੀਗੇ ਅਤੇ ਸਵੇਰੇ ਅਸੀਂ ਜਦੋਂ ਆਏ ਤਾਂ ਆਣ ਕੇ ਪਤਾ ਲੱਗਾ ਵੀ ਸਾਡੀ ਕੋਠੀ ਵਿੱਚ ਸਮਾਨ ਚੋਰੀ ਹੋ ਗਿਆ ਅਤੇ ਚੈੱਕ ਕਰਨ 'ਤੇ ਇਹਨਾਂ ਨੇ ਦੱਸਿਆ ਵੀ 15 ਤੋਲੇ ਸੋਨਾ, ਕਮੁੰਦਰੀਆਂ ਅਤੇ ਜੇਵਰ ਲੈ ਗਏ ਆ ਅਤੇ 60,000 ਰੁਪਇਆ ਕੈਸ਼ ਲੈ ਗਏ ਆ ਅਤੇ ਬਾਕੀ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਤਾ ਕਰ ਰਹੇ ਹਾਂ ਕਿ ਕੋਸ਼ਿਸ਼ ਇਹ ਹੋਏਗੀ ਸਾਡੀ ਵੀ ਜਿਹੜੀ ਚੋਰੀ ਹੈ ਜਲਦੀ ਜਲਦੀ ਅਸੀਂ ਬੰਦੇ ਫੜ ਲਾਂਗੇ, ਉਹਦੀ ਬਰਾਮਦ ਕਰਾਂਗੇ। CCTV ਕੈਮਰਾ ਕੋਈ ਨਹੀਂ ਹੈਗਾ, ਇਹਨਾਂ ਦੇ ਘਰ ਨਹੀਂ ਲੱਗਾ ਹੈਗਾ, ਮੈਂ ਪੁੱਛਿਆ ਇਹਨਾਂ ਨੂੰ ਕੋਈ ਕੈਮਰਾ ਲੱਗਾ ਵਾ, ਕੋਈ ਕੈਮਰਾ ਨਹੀਂ ਲਾਇਆ ਇਹਨਾਂ।